ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਰਦਾਰ ਜਥੇਦਾਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ ਜੋ ਅੱਜ ਦੀ ਇਕੱਤਰਤਾ ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇੱਥੇ ਬੁਲਾਈ ਗਈ ਆ, ਜਿਸ ਦਾ ਮਕਸਦ ਹੈ ਵੀ ਪੰਜਾਬ ਦੇ ਬਣੇ ਹੋਏ ਹਾਲਾਤਾਂ ਦੇ ਵਿਚਾਰ ਕਰਨ ਵਾਸਤੇ ਅਤੇ ਜਿਹੜੀ ਨੌਜਵਾਨਾਂ ਦੀ ਫੜੋ ਫੜਾਈ ਚੱਲ ਰਹੀ ਆ ਉਸ ਦੇ ਉੱਤੇ ਪੰਜਾਬ ਸਰਕਾਰ ਨੂੰ ਕੋਈ ਤਕੀਦ ਕਰਨੀ ਆ ਜਾਂ ਭਾਰਤ ਸਰਕਾਰ ਨੂੰ ਕੀ ਕਿਸ ਤਰ੍ਹਾਂ ਦਾ ਜਵਾਬ ਦੇਣਾ ਜਾਂ ਉਹਦੀ ਜਵਾਬਦਾਹੀ ਤਲਬ ਤੈਅ ਕਰਨ ਵਾਸਤੇ ਜਿਹੜੀ ਅੱਜ ਦੀ ਇਹ ਮੀਟਿੰਗ ਬੁਲਾਈ ਗਈ ਆ। ਦੇਖੋ ਜੀ, ਸਾਡੇ ਇਲਾਕੇ ਦੇ ਵਿੱਚ ਜਿਹੜੇ 5-7 ਥਾਣੇ ਆ, ਅਸੀਂ ਤਾਂ ਉਹਨਾਂ ਦੇ ਵਿੱਚ ਸਾਰੇ ਇੰਸਪੈਕਟਰਾਂ ਨੂੰ ਮਿਲ ਕੇ ਅਤੇ ਜਿਹੜੇ ਨੌਜਵਾਨਾਂ ਦੀ ਆਪ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਛਡਵਾਉਣਾ ਕਰ ਰਹੇ ਹਾਂ। ਮੈਂ ਹੋਰ ਵੀ ਸਾਰੇ ਸਿੱਖ ਸੰਪਰਦਾਵਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਆਪ ਸਾਂਭੀਏ ਅਤੇ ਜਿਹੜੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਇਹਨਾਂ ਤੋਂ ਤਾਂ ਜੋ ਨੌਜਵਾਨੀ ਨੂੰ ਬਦਨਾਮ ਕਰਨ ਦਾ, ਸੰਸਾਰ ਭਰ ਦੇ ਵਿੱਚ ਬਦਨਾਮ ਕਰਕੇ ਅੱਤਵਾਦੀ ਵੱਖਵਾਦੀ ਹੋਣ ਦਾ ਜਿਹੜਾ ਉਹਨਾਂ ਦੇ ਠੱਪਾ ਜਾਲ ਲਾਇਆ ਜਾ ਰਿਹਾ ਉਸ ਤੋਂ ਬਚਾਇਆ ਜਾਵੇ। ਇਹ ਤਾਂ ਹੁਣ ਅੰਦਰ ਮੀਟਿੰਗ ਦੇ ਵਿੱਚ ਵਿਚਾਰ ਕਰਾਂਗੇ, ਸਾਰਿਆਂ ਦੀ ਰਾਏ ਜੋ ਹੋਵੇਗੀ ਉਸ ਹਿਸਾਬ ਨਾਲ ਉਹਦਾ ਜਵਾਬ ਦਿੱਤਾ ਜਾਊਗਾ। ਅਗਲੀ ਕਾਰਵਾਈ ਮੀਟਿੰਗ ਤੋਂ ਬਾਅਦ ਹੀ ਪਤਾ ਲੱਗਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਰਦਾਰ ਜਥੇਦਾਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ ਜੋ ਅੱਜ ਦੀ ਇਕੱਤਰਤਾ ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇੱਥੇ ਬੁਲਾਈ ਗਈ ਆ, ਜਿਸ ਦਾ ਮਕਸਦ ਹੈ ਵੀ ਪੰਜਾਬ ਦੇ ਬਣੇ ਹੋਏ ਹਾਲਾਤਾਂ ਦੇ ਵਿਚਾਰ ਕਰਨ ਵਾਸਤੇ ਅਤੇ ਜਿਹੜੀ ਨੌਜਵਾਨਾਂ ਦੀ ਫੜੋ ਫੜਾਈ ਚੱਲ ਰਹੀ ਆ ਉਸ ਦੇ ਉੱਤੇ ਪੰਜਾਬ ਸਰਕਾਰ ਨੂੰ ਕੋਈ ਤਕੀਦ ਕਰਨੀ ਆ ਜਾਂ ਭਾਰਤ ਸਰਕਾਰ ਨੂੰ ਕੀ ਕਿਸ ਤਰ੍ਹਾਂ ਦਾ ਜਵਾਬ ਦੇਣਾ ਜਾਂ ਉਹਦੀ ਜਵਾਬਦਾਹੀ ਤਲਬ ਤੈਅ ਕਰਨ ਵਾਸਤੇ ਜਿਹੜੀ ਅੱਜ ਦੀ ਇਹ ਮੀਟਿੰਗ ਬੁਲਾਈ ਗਈ ਆ। ਦੇਖੋ ਜੀ, ਸਾਡੇ ਇਲਾਕੇ ਦੇ ਵਿੱਚ ਜਿਹੜੇ 5-7 ਥਾਣੇ ਆ, ਅਸੀਂ ਤਾਂ ਉਹਨਾਂ ਦੇ ਵਿੱਚ ਸਾਰੇ ਇੰਸਪੈਕਟਰਾਂ ਨੂੰ ਮਿਲ ਕੇ ਅਤੇ ਜਿਹੜੇ ਨੌਜਵਾਨਾਂ ਦੀ ਆਪ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਛਡਵਾਉਣਾ ਕਰ ਰਹੇ ਹਾਂ। ਮੈਂ ਹੋਰ ਵੀ ਸਾਰੇ ਸਿੱਖ ਸੰਪਰਦਾਵਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਆਪ ਸਾਂਭੀਏ ਅਤੇ ਜਿਹੜੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਇਹਨਾਂ ਤੋਂ ਤਾਂ ਜੋ ਨੌਜਵਾਨੀ ਨੂੰ ਬਦਨਾਮ ਕਰਨ ਦਾ, ਸੰਸਾਰ ਭਰ ਦੇ ਵਿੱਚ ਬਦਨਾਮ ਕਰਕੇ ਅੱਤਵਾਦੀ ਵੱਖਵਾਦੀ ਹੋਣ ਦਾ ਜਿਹੜਾ ਉਹਨਾਂ ਦੇ ਠੱਪਾ ਜਾਲ ਲਾਇਆ ਜਾ ਰਿਹਾ ਉਸ ਤੋਂ ਬਚਾਇਆ ਜਾਵੇ। ਇਹ ਤਾਂ ਹੁਣ ਅੰਦਰ ਮੀਟਿੰਗ ਦੇ ਵਿੱਚ ਵਿਚਾਰ ਕਰਾਂਗੇ, ਸਾਰਿਆਂ ਦੀ ਰਾਏ ਜੋ ਹੋਵੇਗੀ ਉਸ ਹਿਸਾਬ ਨਾਲ ਉਹਦਾ ਜਵਾਬ ਦਿੱਤਾ ਜਾਊਗਾ। ਅਗਲੀ ਕਾਰਵਾਈ ਮੀਟਿੰਗ ਤੋਂ ਬਾਅਦ ਹੀ ਪਤਾ ਲੱਗਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਸਰਦਾਰ ਜਥੇਦਾਰ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ ਜੋ ਅੱਜ ਦੀ ਇਕੱਤਰਤਾ ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਇੱਥੇ ਬੁਲਾਈ ਗਈ ਆ, ਜਿਸ ਦਾ ਮਕਸਦ ਹੈ ਵੀ ਪੰਜਾਬ ਦੇ ਬਣੇ ਹੋਏ ਹਾਲਾਤਾਂ ਦੇ ਵਿਚਾਰ ਕਰਨ ਵਾਸਤੇ ਅਤੇ ਜਿਹੜੀ ਨੌਜਵਾਨਾਂ ਦੀ ਫੜੋ ਫੜਾਈ ਚੱਲ ਰਹੀ ਆ ਉਸ ਦੇ ਉੱਤੇ ਪੰਜਾਬ ਸਰਕਾਰ ਨੂੰ ਕੋਈ ਤਕੀਦ ਕਰਨੀ ਆ ਜਾਂ ਭਾਰਤ ਸਰਕਾਰ ਨੂੰ ਕੀ ਕਿਸ ਤਰ੍ਹਾਂ ਦਾ ਜਵਾਬ ਦੇਣਾ ਜਾਂ ਉਹਦੀ ਜਵਾਬਦਾਹੀ ਤਲਬ ਤੈਅ ਕਰਨ ਵਾਸਤੇ ਜਿਹੜੀ ਅੱਜ ਦੀ ਇਹ ਮੀਟਿੰਗ ਬੁਲਾਈ ਗਈ ਆ। ਦੇਖੋ ਜੀ, ਸਾਡੇ ਇਲਾਕੇ ਦੇ ਵਿੱਚ ਜਿਹੜੇ 5-7 ਥਾਣੇ ਆ, ਅਸੀਂ ਤਾਂ ਉਹਨਾਂ ਦੇ ਵਿੱਚ ਸਾਰੇ ਇੰਸਪੈਕਟਰਾਂ ਨੂੰ ਮਿਲ ਕੇ ਅਤੇ ਜਿਹੜੇ ਨੌਜਵਾਨਾਂ ਦੀ ਆਪ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਛਡਵਾਉਣਾ ਕਰ ਰਹੇ ਹਾਂ। ਮੈਂ ਹੋਰ ਵੀ ਸਾਰੇ ਸਿੱਖ ਸੰਪਰਦਾਵਾਂ ਨੂੰ ਬੇਨਤੀ ਕਰੂੰਗਾ ਵੀ ਆਪਣੇ ਆਪਣੇ ਇਲਾਕੇ ਦੇ ਨੌਜਵਾਨਾਂ ਨੂੰ ਆਪ ਸਾਂਭੀਏ ਅਤੇ ਜਿਹੜੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਇਹਨਾਂ ਤੋਂ ਤਾਂ ਜੋ ਨੌਜਵਾਨੀ ਨੂੰ ਬਦਨਾਮ ਕਰਨ ਦਾ, ਸੰਸਾਰ ਭਰ ਦੇ ਵਿੱਚ ਬਦਨਾਮ ਕਰਕੇ ਅੱਤਵਾਦੀ ਵੱਖਵਾਦੀ ਹੋਣ ਦਾ ਜਿਹੜਾ ਉਹਨਾਂ ਦੇ ਠੱਪਾ ਜਾਲ ਲਾਇਆ ਜਾ ਰਿਹਾ ਉਸ ਤੋਂ ਬਚਾਇਆ ਜਾਵੇ। ਇਹ ਤਾਂ ਹੁਣ ਅੰਦਰ ਮੀਟਿੰਗ ਦੇ ਵਿੱਚ ਵਿਚਾਰ ਕਰਾਂਗੇ, ਸਾਰਿਆਂ ਦੀ ਰਾਏ ਜੋ ਹੋਵੇਗੀ ਉਸ ਹਿਸਾਬ ਨਾਲ ਉਹਦਾ ਜਵਾਬ ਦਿੱਤਾ ਜਾਊਗਾ। ਅਗਲੀ ਕਾਰਵਾਈ ਮੀਟਿੰਗ ਤੋਂ ਬਾਅਦ ਹੀ ਪਤਾ ਲੱਗਣੀ।